ਇਸਲਾਮ ਧਰਮ ਦੇ ਉਲਟ ਜਾ ਕੇ, ਕਿਉਂਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕ, ਪੂਜਣ ਵਾਲੇ ਲੋਕ ਜਦੋਂ ਵੀ ਨਮਾਜ਼ ਪੜ੍ਹਦੇ ਨੇ ਸੰਗਤ ਜੀ ਲਹਿੰਦੇ ਵਾਲੇ ਪਾਸੇ ਨੂੰ ਮੁੱਕ ਕਰਦੇ ਨੇ, ਪਰ ਭੀਖਣ ਸ਼ਾਹ ਜੀ ਜਿਨ੍ਹਾਂ ਨੇ ਲਹਿੰਦੇ ਦੀ ਬਜਾਏ ਸੰਗਤ ਜੀ ਚੜ੍ਹਦੇ ਵਾਲੇ ਪਾਸੇ ਨੂੰ ਮੁੱਕ ਕਰਕੇ ਨਮਾਜ਼ ਪੜ੍ਹੀ ਹੈ, ਤੇ ਸੰਗਤ ਜੀ ਸੱਚੇ ਪਾਤਸ਼ਾਹ ਨੂੰ ਜਿਉਂ ਆਇਆ ਆਖਿਆ, ਝੁੱਕ ਝੁੱਕ ਕੇ ਸਜਦੇ ਕੀਤੇ, ਤੇ ਜਿਹੜੇ ਪੀਰ ਦੇ ਮਰੀਦ ਨੇ ਉਹਨਾਂ ਦੇ ਚੇਲੇ ਨੇ ਉਹ ਬੜੇ ਹੈਰਾਨ ਹੋਏ ਦੇਖ ਦੇਖ ਕੇ, ਆਖਣ ਲੱਗੇ ਪੀਰ ਜੀ ਭੀਖਣ ਸ਼ਾਹ ਜੀ ਸਾਰੀ ਜ਼ਿੰਦਗੀ ਇਸਲਾਮ ਧਰਮ ਦਾ ਸਤਿਕਾਰ ਕਰਦੇ ਰਹੇ ਨੇ, ਪ੍ਰਚਾਰ ਕਰਦੇ ਰਹੇ ਨੇ, ਪਰ ਅੱਜ ਇਹਨਾਂ ਨੇ ਉਲਟੀ ਗੰਗਾ ਵਗਾ ਛੱਡੀ ਆ। ਅੱਜ ਲਹਿੰਦੇ ਵਾਲੇ ਪਾਸੇ ਨੂੰ ਮੁੱਕ ਕਰਨ ਦੀ ਬਜਾਏ ਚੜ੍ਹਦੇ ਵਾਲੇ ਪਾਸੇ ਨੂੰ ਮੁੱਕ ਕਰਕੇ ਨਮਾਜ਼ ਪੜ੍ਹ ਰਹੇ ਨੇ। ਤਾਂ ਸੰਗਤ ਜੀ ਮੁੱਕ ਦੀ ਗੱਲ ਕਰਾਂ, ਭੀਖਣ ਸ਼ਾਹ ਜੀ ਦੇ ਚੇਲੇ ਉਹਨਾਂ ਦੇ ਮਰੀਦ ਜਿਵੇਂ ਜਾ ਕੇ ਪੀਰ ਜੀ ਨੂੰ ਬੇਨਤੀ ਕਰਦੇ ਨੇ, ਇਸ ਗੱਲ ਦਾ ਕਾਰਨ ਪੁੱਛਦੇ ਨੇ ਕਿ ਪੀਰ ਜੀ ਆਪ ਜੀ ਨੇ ਲਹਿੰਦੇ ਵਾਲੇ ਪਾਸੇ ਨੂੰ ਪਿੱਠ ਕਿਉਂ ਕੀਤੀ ਹੈ, ਚੜ੍ਹਦੇ ਵਾਲੇ ਪਾਸੇ ਨੂੰ ਮੁੱਕ ਕਰਕੇ ਨਮਾਜ਼ ਕਿਉਂ ਪੜ੍ਹ ਰਹੇ ਹੋ। ਪੀਰ ਦੇ ਚੇਲਿਆਂ ਨੇ ਕੀ ਬੇਨਤੀ ਕੀਤੀ ਹੈ, ਲਾਈਨਾਂ ਸੋਨੇ ਵਾਲੀਆਂ ਨੇ, ਉਹਨਾਂ ਲਾਈਨਾਂ ਦਾ ਵਰਣਨ ਢਾਡੀ ਸਾਥੀ ਗਾ ਕੇ ਇੰਜ ਕਰਦੇ ਆ। ਪੀਰ ਜੀ ਕਿਉਂ ਸਜਦਾ ਕਰਿਆ, ਪੂਰਬ ਦੇ ਵੱਲ ਪੀਰ ਜੀ ਕਿਉਂ ਸਜਦਾ ਕਰਿਆ, ਪੂਰਬ ਦੇ ਵੱਲ ਪੀਰ ਜੀ ਕਿਉਂ ਸਜਦਾ ਕਰਿਆ। ਸਨਮੁਖ ਕੀਤੀ ਅੱਜ ਕਿਉਂ ਸਜਦਾ ਕਰਨ ਦੀ ਹੈ ਬਦਲੀ ਰੀਤੀ, ਅੱਜ ਕਿਉਂ ਸਜਦਾ ਕਰਨ ਦੀ ਹੈ ਬਦਲੀ ਰੀਤੀ। ਪੁੱਠੇ ਪਾਸੇ ਵੱਲ ਨੂੰ, ਪੁੱਠੇ ਪਾਸੇ ਵੱਲ ਨੂੰ ਵਗ ਤੁਰਿਆ ਦਰਿਆ, ਪੂਰਬ ਦੇ ਵੱਲ ਪੀਰ ਜੀ ਕਿਉਂ ਸਜਦਾ ਕਰਿਆ, ਪੀਰ ਜੀ ਕਿਉਂ ਸਜਦਾ ਕਰਿਆ।
ਉਲਟ ਸਿਰ ਝੁਕਿਆ ਤੇ ਨਿਵੀਆਂ ਅੱਖਾਂ ਗਿਰਦੇ ਦਿਸਦੇ ਅੱਥਰੂ ਤੇ ਸਿਮੀਆਂ ਅੱਖਾਂ ਗਿਰਦੇ ਦਿਸਦੇ ਅੱਥਰੂ ਤੇ ਸਿਮੀਆਂ ਅੱਖਾਂ ਕਿਸ ਦੀ ਮਿੱਠੀ ਯਾਦ ਵਿੱਚ ਹੈ ਹੋ ਕਾ ਪਰਿਆ ਪੂਰਬ ਦੇ ਵੱਲ ਵੀਰ ਜੀ ਕਿਉਂ ਸਜਦਾ ਕਰਿਆ ਪੂਰਬ ਦੇ ਵੱਲ ਵੀਰ ਜੀ ਕਿਉਂ ਸਜਦਾ ਕਰਿਆ ਸੂਰਜ ਦੇਵਤੇ ਦੀ ਹਿੰਦੂ ਪੂਜਾ ਆਪਣਾ ਸਜਦਾ ਕਰਨ ਦਾ ਹੈ ਪਾਸਾ ਦੂਜਾ ਆਪਣਾ ਸਜਦਾ ਕਰਨ ਦਾ ਹੈ ਪਾਸਾ ਦੂਜਾ ਪੀਰ ਜੀ ਕਾ ਸਜਦਾ ਕਰਿਆ ਭੁੱਲੇ ਬਾਬਾ ਪੱਛਮ ਦੇ ਵੱਲ ਆਪਣਾ ਜੋ ਮੱਕਾ ਕਾਬਾ ਪੱਛਮ ਦੇ ਵੱਲ ਆਪਣਾ ਜੋ ਮੱਕਾ ਕਾਬਾ ਲੈ ਦਦਾ ਮੀ ਅੱਜ ਕਿਉਂ ਚੜ੍ਹਦੇ ਵੱਲ ਵਰਿਆ ਪੂਰਬ ਦੇ ਵੱਲ ਪੀਰ ਜੀ ਕਿਉਂ ਸਜਦਾ ਕਰਿਆ